como tú lo has dicho. ਹੌਲੀ ਹੌਲੀ ਮੋਗਾ ਪੁਲਿਸ ਵੱਲੋਂ ਇੱਕ ਕਾਰਵਾਈ ਕਰਦੇ ਹੋਏ ਇੱਕ ਅਕਿਊਜ਼ਡ ਗੁਰਪ੍ਰੀਤ ਸਿੰਘ ਉਰਫ ਗੋਪੀ ਅਰੈਸਟ ਕੀਤਾ ਗਿਆ ਹੈ, ਜਿਹਦੇ ਕੋਲੋਂ ਕਿ 3 ਅਸਲੇ ਬਰਾਮਦ ਹੋਏ ਨੇ, ਜਿਹਦੇ ਵਿੱਚ ਕਿ 2 32 ਬੋਰ ਦੇ ਦੇਸੀ ਪਿਸਟਲ ਹੈਗੇ ਨੇ ਅਤੇ ਇੱਕ 315 ਬੋਰ ਦਾ ਕੱਟਾ ਹੈ। ਇਹਦੇ ਵਿੱਚ ਜਿਹੜਾ ਇੱਕ ਦਵਿੰਦਰਪਾਲ ਸਿੰਘ ਉਰਫ ਗੋਪੀ ਲਾਹੌਰੀਆ, ਜਿਹੜਾ ਕਿ ਕੈਨੇਡਾ ਬੇਸਡ ਸਿਸਟਮ ਦੇ ਉੱਪਰ ਦੱਸਿਆ ਜਾਂਦਾ ਹੈ, ਉਹਦੇ ਨਾਲ ਇਸ ਬੰਦੇ ਦਾ ਲਿੰਕ ਹੈ ਔਰ ਉਹਨੇ ਇਹਨੂੰ ਵੈਪਨਸ ਇਹ ਦਵਾਏ ਸੀਗੇ ਅਤੇ ਇਹਦੇ ਵਿੱਚ ਇਹ ਵੈਪਨ ਸਪੈਸੀਫਿਕਲੀ ਇੱਕ ਕਾਰਵਾਈ ਕਰਨ ਦੇ ਲਈ ਇਸਤੇਮਾਲ ਹੋਣਾ ਸੀ ਅੱਗੇ, ਉਸ ਤੋਂ ਪਹਿਲੇ ਹੀ ਇਹਨੂੰ ਅਰੈਸਟ ਕਰਕੇ ਇਹ ਚੀਜ਼ ਨੂੰ ਆਪਾਂ ਰੋਕਣ ਦੇ ਵਿੱਚ ਕਾਮਯਾਬ ਹੋਏ ਹਾਂ। ਸਾਨੂੰ ਇਹਦੇ ਵਿੱਚ 2 ਲੋਕ ਹੋਰ ਫਿਗਰ ਆਊਟ ਹੋਏ ਹੈਗੇ ਨੇ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ, ਜਿਹੜੇ ਕਿ ਇਸ ਗੈਂਗ ਦੇ ਨਾਲ ਲਿੰਕਡ ਨੇ ਅਤੇ ਆਪਾਂ ਉਹਨਾਂ ਨੂੰ ਵੀ ਜਲਦੀ ਫੜਨ 'ਚ ਵੀ ਕਾਮਯਾਬ ਹੋਵਾਂਗੇ। ਇਹ ਗੋਪੀ ਲਾਹੌਰੀਆ ਗੈਂਗ ਦੇ ਨਾਲ ਲਿੰਕਡ ਹੈਗੇ ਨੇ। ਗੋਪੀ ਲਾਹੌਰੀਆ ਓਪਰੇਟ ਕਰ ਰਿਹਾ ਸੀ ਇਹਨਾਂ ਨੂੰ। ਗੋਪੀ ਲਾਹੌਰੀ ਇੰਡੀਪੈਂਡੈਂਟ ਸਿਸਟਮ ਦੇ ਉੱਪਰ ਚੱਲ ਰਿਹਾ ਹੈਗਾ ਪਰ ਉਹਦੇ ਨਾਲ ਇਹ ਲਿੰਕ ਸਿਸਟਮ ਦੇ ਉੱਪਰ ਸਾਹਮਣੇ ਆਇਆ। ਨਹੀਂ, ਇਹਦੇ ਬਾਰੇ ਇਨਫੋਰਮੇਸ਼ਨ ਸਾਡੇ ਪਾਸ ਅਜੇ ਨਹੀਂ ਹੈਗੀ, ਇਨਵੈਸਟੀਗੇਸ਼ਨ ਸਾਡੇ ਸਾਹਮਣੇ ਆਏਗਾ ਇਸ ਚੀਜ਼ ਦੇ ਬਾਰੇ। ਸਰ, ਜਿਹੜੇ 2 ਬੰਦੇ ਹੋਰ ਅਸਲੇ ਵਾਲੇ ਮਾਮਲੇ 'ਚ ਮੈਂ ਇਸ ਟਾਈਮ ਦੇ ਉੱਪਰ ਇਨਵੈਸਟੀਗੇਸ਼ਨ ਕਿਉਂਕਿ ਅੱਜ ਆਪਾਂ ਚੱਲ ਰਹੀ ਹੈ ਇਸ ਕਰਕੇ ਮੈਂ ਡਿਸਕਲੋਜ਼ ਨਹੀਂ ਉਹਨਾਂ ਦਾ ਨਾਮ ਕਰਾਂਗਾ ਪਰ ਇੱਕ ਸਪੈਸੀਫਿਕ ਇਹਨਾਂ ਦਾ ਟਾਰਗੇਟ ਵੀ ਸੀਗਾ ਜਿਸ ਟਾਰਗੇਟ ਨੂੰ ਅਸੀਂ ਰੋਕਣ 'ਚ ਕਾਮਯਾਬ ਹੋਏ ਹਾਂ ਅਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਆਪਣਾ ਇਹਦੇ ਵਿੱਚ 2 ਹੋਰ ਲੋਕ ਜਿਹੜੇ ਕਿ ਫਿਗਰ ਆਊਟ ਹੋ ਚੁੱਕੇ ਹੈਗੇ ਨੇ ਜਿਹਨੂੰ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਆਪਾਂ ਇਨਵੈਸਟੀਗੇਸ਼ਨ ਇਨਫਲੂਐਂਸ ਨਾ ਹੋਵੇ ਇਸ ਕਰਕੇ ਆਪਾਂ ਡਿਸਕਲੋਜ਼ ਨਹੀਂ ਕਰ ਰਹੇ ਬਟ ਆਪਾਂ ਜਲਦੀ ਫੜਨ 'ਚ ਕਾਮਯਾਬ ਹੋਵਾਂਗੇ। ਵਪਾਰੀ ਨਹੀਂ ਸੀਗਾ, ਆਊਟ ਆਫ ਡਿਸਟ੍ਰਿਕਟ ਦਾ ਕੋਈ ਟਾਰਗੇਟ ਸੀਗਾ ਅਤੇ ਉਹਦੇ ਵਿੱਚ ਆਪਾਂ ਨੂੰ ਆਪਾਂ ਉਹਦੇ ਵਿੱਚ ਵੀ ਵਰਕਆਊਟ ਕਰ ਰਹੇ ਹੈਗੇ ਸਰ। ਮੋਟਿਵ ਸਰ ਐਕਸਟ੍ਰੈਕਸ਼ਨ ਸੀਗੀ ਕੀ ਸੀ ਉਹ? ਅਜੇ ਤੱਕ ਤਾਂ ਫਾਇਰਿੰਗ ਕਰਨਾ ਮੋਟਿਵ ਸੀਗਾ, ਅਜੇ ਉਹ ਸਪੈਸੀਫਿਕਸ ਜਿਹੜੇ ਹੈਗੇ ਨੇ ਉਹ ਜਿਹੜੇ ਬਾਕੀ ਲੋਕ ਵੀ ਅਰੈਸਟ ਹੋ ਜਾਣਗੇ ਤਾਂ ਸਾਨੂੰ ਕਲੀਅਰ ਹੋ ਜਾਏਗਾ ਵੀ ਕੀ ਐਗਜ਼ੈਕਟ। ਕੋਈ ਬੈਕਗ੍ਰਾਉਂਡ ਜਾਂ ਹੋਰ ਕੁਝ ਨਹੀਂ ਅਜੇ ਤੱਕ? ਅਜੇ ਕੋਈ